ਚੜੀ ਗਿਆ ਉੱਪਰ ਦੇ ਅਤਰੀਆ ਪੇ ਲੋਟਨ ਕਬੂਤਰ ਦੇ ਚੜੀ ਗਿਆ ਉੱਪਰ ਦੇ ਅਤਰੀਆ ਪੇ ਲੋਟਨ ਕਬੂਤਰ ਦੇ ਕੈਸੀ ਲਗੀ ਮੇਰੀ ਸਿੰਗ ਟੋਨ ਅੱਛੀ ਹੈ ਨਾ ਮੇਰੇ ਪਾਸ ਗੰਦੀ ਵਾਲੀ ਵੀ ਹੈ ਪਰ ਮੈਨੇ ਸੁਣਾਨੀ ਨਹੀਂ ਕਿਉਂਕਿ ਉਸ ਟੋਨ ਕੋ ਸੁਣ ਕੇ ਪਤਾ ਨਹੀਂ ਸ਼ੈਟੀ ਸਾਹਿਬ ਕੀ ਟੋਨ ਕਬ ਵਿਗੜ ਜਾਏ ਅਰਚਨਾ ਜੀ ਮੈਂ ਬੜਾ ਤੰਗ ਆ ਗਿਆ ਹਾਂ ਅੱਜਕੱਲ ਕਿਉਂ ਮੁਝੇ ਹਰ ਕੋਈ ਖਰੀਦ ਲੇਤਾ ਹੈ ਮੁਝੇ ਸਮਝ ਮੇ ਨਹੀਂ ਆਤਾ ਮੈਂ ਮੋਬਾਈਲ ਹੂੰ ਕੇ ਕੱਦੂ ਕੀ ਸਬਜ਼ੀ ਹੂੰ ਔਰ ਤੋ ਸੁਰਿੰਦਰ ਨੇ ਵੀ ਰੱਖਾ ਹੁਆ ਮੁਝੇ ਇਤਨਾ ਸ਼ੈਤਾਨ ਹੈ ਨਾ ਯੇ ਮੁਝੇ ਵਾਈਬ੍ਰੇਟਰ ਮੋਡ ਪੇ ਲਗਾ ਕੇ ਲੋਕੋਂ ਕੀ ਹੈਡ ਮਸਾਜ ਕਰਤਾ ਰਹਿਤਾ ਹੈ ਵੈਸੇ ਅਰਚਨਾ ਜੀ ਇਹ ਜੋ ਬੌਬੀ ਡਾਰਲਿੰਗ ਜੈਸੇ ਲੋਕ ਹੈ ਨਾ ਯੇ ਟੱਚ ਸਕਰੀਨ ਵਾਲੇ ਮੋਬਾਈਲ ਕਾ ਬੜਾ ਫਾਇਦਾ ਉਠਾਤੇ ਹੈ ਗਲਤ ਐਸੀ ਐਸੀ ਜਗ੍ਹਾ ਪੇ ਟੱਚ ਕਰਤੇ ਮੈਂ ਬਤਾ ਨਹੀਂ ਸਕਤਾ ਆਪਕੋ ਮੇਰਾ ਇੱਕ ਦੋਸਤ ਹੈ ਛੋਟਾ ਵਾਲਾ ਫੋਨ ਉਸਕੀ ਦਬਾ ਦਬਾ ਕੇ ਜੀਰੋ ਖਰਾਬ ਕਰ ਦੀ ਉਹਨਾਂ ਨੇ ਆਪਕੋ ਪਤਾ ਮੈਂ ਅੱਜ ਕਿਉਂ ਖੁਸ਼ ਇਤਨਾ ਖੁਸ਼ ਕੀ ਲੱਗ ਰਹਾ ਹੂੰ ਅੱਜ ਮੇਰੇ ਮੇ ਨਈ ਬੈਟਰੀ ਲੱਗਣੇ ਵਾਲੀ ਹੈ ਮੇਰੀ ਬੈਟਰੀ ਆਈ ਨਹੀਂ ਪਤਾ ਨਹੀਂ ਕਹਾਂ ਰਹਿ ਗਈ ਮੇਰੀ ਬੈਟਰੀ ਓਏ ਹੋਏ ਕਿਆ ਮਾਲ ਹੈ ਕਿਆ ਬੋਲਾ ਨਹੀਂ ਨਹੀਂ ਮੈਨੇ ਕਿਹਾ ਕਿਆ ਰੁਮਾਲ ਹੈ ਤੁਹਾਡਾ ਨਹੀਂ ਅੱਛਾ ਚਲੋ ਫਿਰ ਟਾਈਮ ਹੀ ਬਤਾ ਦੋ ਲੇਕਿਨ ਕਿਉਂ ਲਗਤਾ ਇਸੇ ਆਜ ਤੱਕ ਵੀ ਇਸਨੇ ਛੇੜਾ ਨਹੀਂ ਕਭੀ ਨੇ ਐਸੀ ਲੜਕੀਆਂ ਹੋਤੀ ਅਰਚਨਾ ਨਹੀਂ ਇਨਕੋ ਆਈ ਲਵ ਯੂ ਬੋਲੋ ਆਗੇ ਸੇ ਬੋਲਤੀ ਮੈਂ ਨੌਨ ਵੈਜੀਟੇਰੀਅਨ ਹੂੰ ਅਬੇ ਓ ਬਹੁਤ ਦੇਖੇ ਤੁਝੇ ਸੇ ਮੋਬਾਈਲ ਮੈਨੇ ਅੱਛਾ ਅਬੇ ਮੈਨੂੰ ਛੇੜਾ ਨਾ ਤਾਂ ਤੁਝੇ ਤੋਂ ਮੈਂ ਤੇਰਾ ਤੋਂ ਕਿਆ ਕਿਆ ਮੇਰਾ ਮੇਰਾ ਕੀ ਕੀਪੈਡ ਫੋੜ ਦੇ ਕੀ ਫੋੜ ਦੇ ਫੋੜ ਮੇਰਾ ਕੀਬੋਰਡ ਔਰ ਤੇ ਮੇਰੇ ਕੋਈ ਐਸਾ ਵੈਸਾ ਮੋਬਾਈਲ ਮਤ ਸਮਝਣਾ ਮੈਂ ਬਲੈਕ ਲਹਿਰੀ ਹੂੰ ਬਲੈਕ ਲਹਿਰੀ ਸ਼ਕਲ ਸੇ ਬੋਲਾ ਦਿਖਤਾ ਹੂੰ ਅੰਦਰ ਸੇ ਇਤਨਾ ਗੰਦਾ ਹੂੰ ਨਾ ਮੈਂ ਸ਼ਾਦੀ ਕਰ ਲੈ ਮੇਰੇ ਸੇ ਮੈਂ ਬੋਲ ਰਹਾ ਹੂੰ ਅਬੇ ਜਾ ਜਾ ਅਗਰ ਐਸੀ ਬਾਤ ਹੈ ਤੋ ਅਬ ਤੱਕ ਬਿਕਾ ਕਿਉਂ ਨਹੀਂ ਬਿਕ ਐਸੇ ਕਸਟਮਰ ਕੀ ਵਜ੍ਹਾ ਸੇ ਨਹੀਂ ਬਿਕਤਾ ਮੈਂ ਪਰਸੋ ਦੁਕਾਨ ਪੇ ਮੋਬਾਈਲ ਲੈਣੇ ਚਲਾ ਗਿਆ ਹਾਥ ਮੇ ਪਕੜ ਕੇ ਬੋਲਦਾ ਕਿਤਨੇ ਕਾ ਦੁਕਾਨਦਾਰ ਕਹਤੇ 25,000 ਕਾ ਬੋਲਤਾ ਇਤਨਾ ਮਹਿੰਗਾ ਬੋਲਾ ਨਯਾ ਹੈ ਸੈਕਿੰਡ ਹੈਂਡ ਥੋੜੀ ਹੈ ਦੂਸਰੇ ਹਾਥ ਮੇ ਪਕੜ ਕੇ ਬੋਲਤਾ ਅਬ ਤੋ ਹੋ ਗਿਆ ਨਾ ਸੈਕਿੰਡ ਹੈਂਡ ਅਰੇ ਇਹ ਤੋ ਹੈ ਹੀ ਐਸਾ ਮੇਰੀ ਬੜੀ ਭੈਣ ਬੈਟਰੀ ਆ ਨਾ ਪਹਿਲੇ ਇਸੇ ਕੇ ਮੋਬਾਈਲ ਮੇ ਥੀ ਅਰੇ ਉਸਕੋ ਇਤਨਾ ਬਦਲਾ ਇਤਨਾ ਬਦਲਾ ਇਤਨਾ ਇਸਕੀ ਗਲਤੀ ਨਹੀਂ ਹੈ ਇਹ ਆਪਣਾ ਮੋਬਾਈਲ ਤੋਂ ਚਾਰਜ ਕਰਤਾ ਨਹੀਂ ਹੈ ਮੋਬਾਈਲ ਬੋਲਤਾ ਰਹਤਾ ਬੈਟਰੀ ਲੋ ਬੈਟਰੀ ਲੋ ਅਨਪੜ ਆਦਮੀ ਨਹੀਂ ਬੈਟਰੀਆਂ ਲਿਆ ਹੈ ਇਹ ਬਤਾਓ ਤੁਹਾਡਾ ਨਾਮ ਕਿਆ ਹੈ ਬੈਟਰੀਨਾ ਸੌਸ ਇੰਪੋਰਟਡ ਲੱਗਤੀ ਹੋ ਕਹਾਂ ਸੇ ਆਈ ਹੋ ਨਹੀਂ ਨਹੀਂ ਆਈ ਲੱਗਤੀ ਹੋ ਨੈਟਵਰਕ ਮੇ ਹੈ ਹਾਂ ਅੱਛਾ ਇਹ ਸਭ ਛੋੜੋ ਮੈਨੂੰ ਬਤਾਓ ਕਿ ਤੁਹਾਡੇ ਪਰਿਵਾਰ ਮੇ ਕੌਣ ਕੌਣ ਹੈ ਹਮਾਰੀ ਤਾਂ ਬੜੀ ਛੋਟੀ ਜੀ ਫੈਮਿਲੀ ਹੈ ਇੱਕ ਮੇਰੇ ਪਾਪਾ ਹੈ ਪੀਸੀਓ ਇੱਕ ਮੇਰੀ ਮਾਂ ਲੈਂਡਲਾਈਨ ਉਹ ਮੇਰੀ ਛੋਟੀ ਭੈਣ ਤੋਂ ਘਰ ਮੇ ਟਿਕਤੀ ਨਹੀਂ ਵੋਕੀ ਟੋਕੀ ਹੈ ਨਾ ਮੈਂ ਜੋ ਕਹਿਤਾ ਤੁਮ ਵੀ ਮੇਰੇ ਪਿੱਛੇ ਜੁੜ ਜਾਓ ਮੇਰੀ ਬੈਟਰੀ ਹਮ ਲੋਕ ਨਯਾ ਪਰਿਵਾਰ ਬਸਾਏਂਗੇ ਹਮਾਰੀ ਛੋਟੀ ਛੋਟੀ ਬੈਟਰੀਆਂ ਹੋਗੀ ਕੋਈ ਟਾਰਚ ਮੇ ਲਗੇਗੀ ਕੋਈ ਗਾੜੀ ਮੇ ਕਿਤਨਾ ਮਜ਼ਾ ਆਏਗਾ ਨਾ ਮੈਂ ਨਾ ਕਿਸੇ ਔਰ ਪਰਾਏ ਮਰਦ ਕੋ ਨਹੀਂ ਦੇਖ ਸਕਤੀ ਅਬ ਕਿਉਂ ਤੁਮ ਮੇ ਵਾਇਰਸ ਆ ਗਿਆ ਉਹ ਕਿਆ ਹੈ ਨਾ ਕਿ ਮੇਰੀ ਸ਼ਾਦੀ ਹੋਣੇ ਵਾਲੀ ਹੈ ਚਾਰਜਰ ਸੇ ਚਾਰਜਰ ਕੱਲੂ ਕਲੂਟਾ ਚਾਰਜਰ ਉਹ ਇਲੈਕਟ੍ਰੋਨਿਕਸ ਕਾ ਵੀਆਈਪੀ ਉਸ ਸੇ ਕਰਨੀ ਸ਼ਾਦੀ ਤੂੰ ਅਬੇ ਖਬਰਦਾਰ ਮੇਰੇ ਹੋਣੇ ਵਾਲੇ ਪਤੀ ਕੋ ਕੁਝ ਕਹਾ ਤੋ ਅੱਛਾ ਕੀ ਕਮੀ ਉਸ ਮੇ ਟੋਲ ਹੈ ਡਾਕ ਹੈ ਅੰਸ ਮੇ ਯਾਰ ਅਰੇ ਤੂੰ ਜਾਣਤੀ ਨਹੀਂ ਉਸਕੋ ਤੇਰੇ ਸੇ ਪਹਿਲੇ ਕਈ ਬੈਟਰੀਆਂ ਕੋ ਓਵਰ ਚਾਰਜ ਕਰਕੇ ਉਨਕੀ ਜ਼ਿੰਦਗੀ ਬਰਬਾਦ ਕਰ ਚੁਕਾ ਵੋ ਤੁਝੇ ਪਤਾ ਹੈ ਇਤਨਾ ਗੰਦਾ ਜਬ ਮੂਡ ਮੈਂ ਆਤਾ ਨਾ ਇਨਵਰਟਰ ਕੀ ਬੈਟਰੀ ਕੋ ਵੀ ਨਹੀਂ ਛੋੜਤਾ ਵੋ ਮੈਂ ਕਹਤਾ ਮੇਰੇ ਸੇ ਸ਼ਾਦੀ ਕਰ ਲੈ ਤੂੰ ਅੱਛੀ ਰਹੇਗੀ ਹਾਂ ਮੈਂ ਤਾਂ ਇਤਨਾ ਮਹਿੰਗਾ ਮੋਬਾਈਲ ਹੂੰ ਨਾ ਅੰਬਾਨੀ ਵੀ ਮੁਝੇ ਕਿਸ਼ਤੋਂ ਪੇ ਲੈ ਕੇ ਗਿਆ ਹੈ ਅੰਬਾਨੀ ਅਰੇ ਉਸਕੀ ਤਾਂ ਖੁਦ ਕੀ ਮੋਬਾਈਲ ਕੰਪਨੀ ਹੈ ਤੇਰੀ ਜਨਰਲ ਨੌਲੇਜ ਇਤਨੀ ਵੀਕ ਹੈ ਛੋਟੇ ਵਾਲੇ ਕੀ ਹੈ ਬੜਾ ਵਾਲਾ ਲੈ ਕੇ ਗਿਆ ਮੁਝੇ ਛੋਟੇ ਵਾਲੇ ਕਾ ਮੋਬਾਈਲ ਤਾਂ ਮੈਂ ਖੁਦ ਯੂਜ਼ ਕਰਦਾ ਹਾਂ ਇਹ ਦੇਖੋ ਹੈ ਲੋ ਲੋ ਮੋਬਾਈਲ ਹੋ ਕੇ ਮੋਬਾਈਲ ਯੂਜ਼ ਕਰਤੇ ਹੋ ਤੂੰ ਐਕਟਰ ਹੋ ਕੇ ਫੰਬਲ ਕਰਤੀ ਹੈ ਸਕ੍ਰਿਪਟ ਤੁਮੇ ਯਾਦ ਨਹੀਂ ਹੁੰਦੀ ਤਾਂ ਮੈਂ ਮੋਬਾਈਲ ਹੋ ਕੇ ਮੋਬਾਈਲ ਨਹੀਂ ਰੱਖ ਸਕਦਾ ਸ਼ਾਦੀ ਕਰ ਲੈ ਨਾ ਮੇਰੇ ਸੇ ਪਲੀਜ਼ ਅਰੇ ਲੇਕਿਨ ਕੁਝ ਵੀ ਹੋ ਜਾਏ ਮੈਂ ਤੁਮਸੇ ਸ਼ਾਦੀ ਨਹੀਂ ਕਰ ਸਕਤੀ ਕਿਉਂ ਵੈਸੇ ਮੇਰੀ ਇੱਕ ਛੋਟੀ ਭੈਣ ਹੈ ਸਿਮ ਹਾਂਜੀ ਉਹ ਅੱਜ ਕੱਲ ਨਾ ਅੱਛੇ ਸੇ ਮੋਬਾਈਲ ਕੀ ਤਲਾਸ਼ ਮੈਂ ਕਹੋ ਤਾਂ ਬਾਤ ਕਰੂੰ ਸ਼ਟ ਅਪ ਖਬਰਦਾਰ ਐਸੀ ਬਾਤ ਕਰੀ ਤੂੰ ਸਿਮ ਸੇ ਮੁਝੇ ਵਿਸ਼ਵਾਸ ਨਹੀਂ ਹੈ ਪਹਿਲੇ ਵੀ ਮੇਰਾ ਇੱਕ ਸਿਮ ਕੇ ਸਾਥ ਚੱਕਰ ਹੁਆ ਕਰਤਾ ਥਾ ਇਤਨੀ ਗੰਦੀ ਜੀ ਵੋ ਮੈਂ ਉਸਕੋ ਇੱਕ ਵਾਰ ਕਹਤਾ ਤਾਂ ਖੁੱਲ ਜਾ ਸਿਮ ਸਿਮ ਇਤਨਾ ਖੁੱਲਤੀ ਤੇ ਮੁਝੇ ਹੈਂਗ ਕਰਕੇ ਛੋੜਤੀ ਦਿਓ ਇੱਕ ਤਾਂ ਉਹ ਸਿਮ ਉੱਪਰ ਸੇ ਤੁਹਾਡੀ ਬਹਿਣ ਤੁਹਾਡੀ ਡਾਇਲੈਕਟ ਡਿਲੀਵਰੀ ਠੀਕ ਨਹੀਂ ਉਸਕੀ ਮੈਸੇਜ ਡਿਲੀਵਰੀ ਪਤਾ ਨਹੀਂ ਕੈਸੀ ਹੋ ਗਈ ਮੈਨੂੰ ਨਹੀਂ ਕਹਿੰਦੀ ਮੇਰੀ ਸਿਮ ਨਾ ਬਿਲਕੁਲ ਪਵਿੱਤਰ ਹੈ ਹਮੇਸ਼ਾ ਸੇ ਵਰਜਿਨ ਮੋਬਾਈਲ ਮੇ ਰਹੀ ਹੈ ਆਜ ਤੱਕ ਉਸਕੀ ਡਿਲੀਵਰੀ ਰਿਪੋਰਟ ਨਹੀਂ ਆਈ ਅੱਛਾ ਹਾਂ ਇੱਕ ਬਾਤ ਬਤਾ ਹਾਂ ਤੇਰੀ ਭੈਣ ਪ੍ਰੀਪੇਡ ਹੈ ਕਿ ਪੋਸਟਪੇਡ ਪ੍ਰੀਪੇਡ ਪ੍ਰੀਪੇਡ ਹੈ ਦਵਾ ਜਾ ਯਹਾਂ ਸੇ ਬਤਮੀ ਆਪਣੀ ਔਕਾਤ ਨਹੀਂ ਦੇਖਤੇ 50-50 ਰੁਪਏ ਪ੍ਰੀਪੇਡ ਵਾਲੀ ਲੜਕੀਆਂ ਲੈ ਕੇ ਰਿਸ਼ਤਾ ਕਰ ਦਵਾ ਜਾ ਯਹਾਂ ਸੇ ਛੇਤੀ ਸਾਹਿਬ
इसकी हिम्मत देखी आपने, कॉमेडी सर्कस में आके प्रीपेड की बात कर रही है। इधर तो आदमी का कनेक्शन कट जाए बाद में पेमेंट नहीं मिलती, प्रीपेड। ये क्या हो रहा है? क्या सुन्नू कॉलिंग? एक तो ये मेरी मालकिन का ये वाला बॉयफ्रेंड भी ना टाइम नहीं देखता फोन कर देता है। एक सेकंड इसको ठीक करता हूँ मैं अभी। हेलो, हाँ जी कौन? मालकिन नहा रही है, बताओ। क्या उसको मैसेज दे दूँ? वो क्या करेगी मैसेज का? मैसेज देना रोहित को दो, वो इंजॉय करता है मैसेज। हैं? हाँ वो इंजॉय करता है, बाकी सारे लुच्चे इधर। हाँ बोलो। क्या यार तेरे को कितनी बार कहा इतनी रात को फोन मत किया कर। अच्छा मालकिन को करता है तो बजता तो मैं ही हूं ना, मालकिन थोड़ी बजती सारी रात। अरे काट फोन तेरी। अरे क्या शोर मचा के रखा है, किसका फोन है? पता नहीं कोई सुन्नू करके है। सुन्नू? हेलो, हाँ वो सुनील पाल है स्टूपिड। मैं तुमसे कॉल नहीं मिल सकती, अभी आ जाओ ना मिलने प्लीज। ऐसा मत कहो, वो ब्लैक टूथ से आ जाएगा। बे ब्लैक टूथ रहे, ब्लू टूथ होता है। उसका रंग देखो, उसका ब्लैक टूथ से ही आना बनता है। ओ शट अप। ये कैसे बॉयफ्रेंड बना रखे तूने, इतने गंदे गंदे मैसेज भेजते मुझे। अरे वो तुम्हें नहीं मुझे भेजता है मैसेज। तो पढ़ना तो मुझे भी पड़ता है ना। इतने गंदे गंदे मैसेज भेजता है। कल मैंने एक साधु को पढ़ा दिया और कल बार में पकड़ा गया साधु। लोग आपको मैसेज करते ना कंपनी वाले कि आपने बिल नहीं दिया तो आपका कनेक्शन काट देंगे। इसको सीधा वोडाफोन का मालिक फोन करके कहता है कि डार्लिंग तुमने इस बार भी बिल दे दिया, तुम्हारे पहले क्या हम पे कम एहसान है। तू बकवास बंद कर, नहीं तो मैं तुझे एक्सचेंज कर दूंगी। एक्सचेंज कर दूंगी? चले चले मर गए मारने वाले, तेरे से पहले वाली भी कहती थी, खुद ही एक्सचेंज हो गई वो। हाँ बोल, तुझे बैटरी नहीं डलवाऊंगी तो कैसे चलेगा काम, कैसे चलेगा तेरा? बैटरी नहीं डलवाएगी तू, बिना टैलेंट के इतने एपिसोड निकाल गई, मैं एक बैटरी के बिना एक एपिसोड नहीं निकाल सकता। वैसे भी आदमी का टाइम अच्छा चल रहा हो ना, बैटरी की जरूरत नहीं होती उसे। मैं करता हूं अपना स्विच ऑफ, देखता हूं तू नंबर कैसे लेती है। जजेस इससे पहले ही वापस ऑन हो जाए ना प्लीज, आप अपने मार्क्स दे दीजिए प्लीज। अर्चना, आई एम श्योर आप ये मोबाइल खरीदना चाहेंगे। आई ऑलरेडी हैव दिस मोबाइल ब्लैक लहरी। बहुत अच्छा लिखा गया है ये एक्ट और बहुत ही अच्छी तरह से खूबसूरती से आप दोनों ने परफॉर्म किया है। पार्वती वेरी गुड, वेरी वेल डन दिस टाइम। एंड कपिल आपने पहले भी बहुत अच्छे एक्ट्स किए, दिस इज ऑल्सो वन ऑफ योर वेरी 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 गुड एक्ट्स। रोहित, कपिल आप अच्छे एक्टर हैं तो आपसे अच्छे परफॉर्मेंस की उम्मीद रहेगी हमेशा, और आज भी आपने वही किया, अच्छा परफॉर्म किया। पार्वती आप भी आज यू आर ऑन लेवल ऑफ कपिल, बट ये एक्ट का पूरा क्रेडिट मैं राइटर्स को दूंगा। तो चलिए स्कोर्स की तरफ बढ़ते हैं। अर्चना 9 points, रोहित 9 points, जोरदार ताली।